इलाज नालों बचाओ चंगा, ये बहुत सोहना संदेश है जो सानू करोना महामारी नू लड़न ली सानू मूल रूप सिद्धांत बनाना बहुत जरूरी है। यही संदेश LBS कॉलेज के बच्चे जो NSS ते NCC काडर नू बिलोंग करते हैं, इन्होंने एक नुक्कड़ नाटक तैयार किया है ताकि लोगों तक ये संदेश पहुँच सके। ये थर्ड वॉरियर डिकलेयर किए गए ने करोना महामारी वास्ते, तो उसकी जिम्मेवारी निभाते हुए इन्होंने ये बहुत खूबसूरत नाटक तैयार किया है। मैं बतौर SDM बरनाला थोनू हाथ जोड़ के बेनती कर रहा कि जरूर कोविड की सारी सरकार दी गाइडलाइनस नू फॉलो करो, टीकाकरण मुहिम विच वध तो वध हल्लाशेरी नाल शामिल होवो। टीका ही एक अजिहा हथियार है जो सानू द्वार तो फ्री कर सकता है। ये जिहड़े असी मास्क पाए ने इन्हां तो सानू फ्री कर सकता है, जिहड़े साडे ते बंदिशां लगियां होईयां ने उह तो सानू फ्री कर सकता है। यही हथियार है जिहदे नाल इंसान करोना उत्ते जित हासिल कर सकता है, परंतु सानू थोड़े सारयां दी सहयोग की बहुत जरूरत है। अपने परिवार वासियां नू समझाओ, अपने आंढ गुआंढ समझाओ कि इहदे नाल करोना की गंभीरता बहुत हद तक घट जाती है। जिन्ना तुसी वध तो वध टीका कराओगे उन्ना ही असी कोविड के उत्ते जित हासिल कर सकांगे। 1 मई तो 18 साल तो उपर सारयां वास्ते हुण टीकाकरण की मुहिम शुरू हो गई है, तो मैं दोबारा ही बेनती करांगा कि सारे इहदे विच बहुत हल्लाशेरी नाल साडे नाल सहयोग करके इहदे च शामिल हो। बहुत बहुत धन्यवाद। अज समुचे देश दे नाल मिल के दृढ़ विश्वास पक्के इरादे नाल असीं अपने बच्चों नौजवानों के भविख लई COVID-19 के खिलाफ लड़ाई दे विच शामिल होईए। अपने ते अपने परिवार दे वैक्सीनेशन लवाउणी ना भुलीए। आओ मिल के इस लड़ाई विच शामिल होईए। इंसानियत की रक्षा करना साडा फर्ज है। जय भारत। श्री लाल बहादुर शास्त्री आर्य महिला कॉलेज के प्रिंसीपल होने के नाते असी एक करोना से फतेह पाने के लिए अपन बच्चियों वालों एक करोना नाटक तैयार किया ताकि यह सारे तक मैसेज पहुँच सके। इस दे विच जिला प्रशासन का बहुत वड्डा रोल है, खास तौर पर SDM बरनाला श्री वरजीत वालिया का मैं धन्यवाद करती हाँ कि जिन्होंने साडे इस नाटक नू बहुत दूर तक पहुँचाउण दे लई, लोकां तक अवेयर फैलाउण दे लई उन्होंने पुरजोर कोशिश की। ਮਾਰ ਮੁਕਾਈਏ
ਅਸੀਂ ਅਜਿਹਾ ਕੋਈ ਕੰਮ ਹੀ ਨਹੀਂ ਕਰਨਾ ਜਿਸ ਨਾਲ ਕਰੋਨਾ ਸਾਡੇ ਨਜ਼ਦੀਕ ਆਵੇ। ਹੱਥ ਮਿਲਾਉਣਾ ਨਹੀਂ, ਹੱਥ ਜੋੜ ਕੇ ਫਤਿਹ ਬੁਲਾਉਣੀ ਹੈ। ਮਿਲਣਾ ਨਹੀਂ, 2 ਮੀਟਰ ਦੀ ਦੂਰੀ ਬਣਾਉਣੀ ਹੈ। ਨੱਕ ਮੂੰਹ ਨੂੰ ਹੱਥ ਨਾ ਲਾਓ। ਕਿਸੇ ਚੀਜ਼ ਨੂੰ ਛੋਹਣ ਤੋਂ ਬਾਅਦ ਹੱਥਾਂ ਨੂੰ ਵਾਰ ਵਾਰ ਧੋਵੋ। ਓਏ, ਅਸੀਂ ਤਾਂ ਸਾਰਾ ਕੁਝ ਕਰੀ ਜਾਂਦੇ ਹਾਂ, ਪਰ ਸਰਕਾਰ ਕੀ ਕਰ ਰਹੀ ਆ? ਲਾਕਡਾਊਨ ਲਾਕਡਾਊਨ ਲਾਕਡਾਊਨ। ਓਏ, ਸਰਕਾਰ ਨੇ ਤਾਂ ਇਸ ਦੀ ਦਵਾਈ ਵੀ ਬਣਾ ਲਈ ਹੈ, ਪਰ ਦਿੱਕਤ ਤਾਂ ਇਹ ਹੈ ਕਿ ਜਨਤਾ ਇਸ ਤੋਂ ਡਰੀ ਜਾਂਦੀ ਹੈ, ਟੀਕਾ ਹੀ ਨਹੀਂ ਲਵਾਉਂਦੀ। ਪਰ ਕਿਉਂ ਡਰੀ ਕਿਉਂ ਜਾਂਦੀ ਆ? ਕਿਉਂਕਿ ਟੀਕਾ ਲਵਾਉਣ ਤੋਂ ਬਾਅਦ ਬੁਖਾਰ ਚੜਦਾ ਹੈ। ਓਏ, ਬੁਖਾਰ ਤਾਂ ਉਦੋਂ ਵੀ ਚੜਦਾ ਜਦ ਛੋਟੇ ਬੱਚੇ ਤੇ ਟੀਕਾ ਲੱਗਦਾ, ਨਾਲੇ ਹਾਂ ਆ ਜਦ ਕੋਈ ਟੀਕਾ ਕਿਸੇ ਬਿਮਾਰੀ ਨਾਲ ਲੜਨ ਨੂੰ ਲਾਇਆ ਜਾਂਦਾ ਤਾਂ ਸਰੀਰ 'ਚ ਅਨੁਕੂਲ ਹੋਣ ਲਈ ਥੋੜਾ ਸਮਾਂ ਤਾਂ ਲੈਂਦਾ ਹੀ ਆ। ਓਏ, ਮੈਂ ਤਾਂ ਸੁਣਿਆ ਟੀਕਾ ਲਵਾਉਣ ਤੋਂ ਬਾਅਦ ਬਾਂਹ ਖੜ ਜਾਂਦੀ ਆ। ਓਏ ਨਾ ਨਾ, ਕੋਈ ਬਾਂਹ ਬੂ ਨਹੀਂ ਖੜਦੀ। ਜਦ ਕੋਈ ਦਵਾਈ ਸਰੀਰ ਤੇ ਲੱਗਦੀ ਏ ਤਾਂ ਕੋਈ ਅਸਰ ਤਾਂ ਕਰਦੀ ਏ। ਓਏ, ਮੈਂ ਤਾਂ ਇਹ ਵੀ ਸੁਣਿਆ ਕਿ ਟੀਕਾ ਲਵਾਉਣ ਤੋਂ ਬਾਅਦ ਬੰਦੇ ਦੀ ਮੌਤ ਹੋ ਜਾਂਦੀ ਆ। ਓਏ ਨਾ ਨਾ, ਇਹ ਸਿਰਫ ਇੱਕ ਅਫਵਾਹ ਹੈ, ਕੋਈ ਮੌਤ ਨਹੀਂ ਹੁੰਦੀ। ਜਦ ਤਾਂ ਆਪਾਂ ਟੀਕਾ ਲਵਾਉਂਦੇ ਆ ਤਾਂ ਸਿਹਤ ਤੰਦਰੁਸਤ ਹੁੰਦੀ ਏ। ਸਗੋਂ ਟੀਕਾ ਲਵਾਉਣਾ ਸਿਹਤ ਤੰਦਰੁਸਤ ਹੁੰਦੀ ਏ ਤਾਂ ਕਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਲੜਨ ਦੇ ਪ੍ਰਤੀ ਸਾਡਾ ਸਰੀਰ ਕਾਬਿਲ ਹੋ ਜਾਂਦਾ ਹੈ, ਤੇ ਜੇਕਰ ਟੀਕਾ ਨਹੀਂ ਲਵਾਉਂਦੇ ਤਾਂ ਕਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਸਾਡੇ ਸਰੀਰ ਉੱਤੇ ਹਾਵੀ ਹੋ ਜਾਂਦੀ ਏ। ਇਸ ਲਈ ਸਾਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਅੱਛਾ, ਐ ਵੀ ਆ, ਫਿਰ ਤਾਂ ਟੀਕਾ ਲਗਵਾਉਣਾ ਬਹੁਤ ਜ਼ਰੂਰੀ ਹੈ। ਹਾਂਜੀ, ਜਿਵੇਂ ਚੇਚਕ, ਤਪਦਿਕ, ਮਲੇਰੀਆ ਵਰਗੀ ਭਿਆਨਕ ਬਿਮਾਰੀਆਂ ਨਾਲ ਲੜਨ ਲਈ ਦਵਾਈ ਬਣੀ ਹੈ, ਉਦਾਂ ਹੀ ਆ ਕਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਲੜਨ ਲਈ ਵੀ ਦਵਾਈ ਬਣੀ ਹੈ। ਇਸ ਲਈ ਆਪਣਾ ਤੇ ਆਪਣੇ ਪਰਿਵਾਰ ਦਾ ਟੀਕਾਕਰਨ ਜ਼ਰੂਰ ਕਰਾਓ। ਓਏ ਓਏ, ਨਾ ਨਾ ਨਾ, ਓਏ ਨਹੀਂ ਓਏ ਨਹੀਂ, ਉਹ ਟੀਕਾ ਨਹੀਂ ਲਵਾਉਣਾ। ਓਏ, ਉਹ ਤੁਹਾਨੂੰ ਬੁਖਾਰ ਹੋ ਜੂ, ਉਹ ਤੁਹਾਡੀ ਬਾਂਹ ਖੜ ਜੂ। ਓਏ, ਜੇ ਇਹਨਾਂ ਪਾਗਲ ਲੋਕਾਂ ਨੇ ਟੀਕਾ ਲਵਾ ਲਿਆ, ਮੇਰੀ ਤਾਂ ਮੌਤ ਹੀ ਹੋ ਜੂ, ਮੇਰਾ ਤਾਂ ਵਜੂਦ ਹੀ ਖਤਮ ਹੋ ਜੂ। ਨਾ ਨਾ ਨਾ, ਓਏ ਨਹੀਂ ਓਏ ਨਹੀਂ, ਉਹ ਟੀਕਾ ਨਹੀਂ ਲਵਾਉਣਾ, ਉਹ ਟੀਕਾ ਨਹੀਂ ਲਵਾਉਣਾ। ਹੁਣ ਫੈਸਲਾ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਕਰੋਨਾ ਤੋਂ ਡਰ ਕੇ ਰਹਿਣਾ ਹੈ ਜਾਂ ਕਰੋਨਾ ਨੂੰ ਮਾਰ ਮੁਕਾਉਣਾ ਹੈ। ਤੁਸੀਂ ਕਿਸੇ ਵੀ ਕੈਂਪ ਜਾਂ ਸਰਕਾਰੀ ਹਸਪਤਾਲ ਵਿੱਚ ਆਪਣਾ ਆਧਾਰ ਕਾਰਡ ਨਾਲ ਲਿਜਾ ਕੇ ਮੁਫਤ ਟੀਕਾਕਰਨ ਕਰਵਾ ਸਕਦੇ ਹੋ। ਅੱਛਾ ਜੀ, ਇਹ ਟੀਕਾ ਫ੍ਰੀ ਲੱਗਦਾ, ਫਿਰ ਤਾਂ ਮੈਂ ਕੱਲ ਹੀ ਜਾ ਕੇ ਆਪਦਾ ਟੀਕਾਕਰਨ ਕਰਵਾਉਂਦੀ ਹਾਂ। ਜੇਕਰ ਕਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਟੀਕਾਕਰਨ ਕਰਵਾ ਕੇ ਨਿਜਾਤ ਪਾਇਆ ਜਾ ਸਕਦਾ ਤਾਂ ਆਪਣਾ ਤੇ ਆਪਣੇ ਪਰਿਵਾਰ ਦਾ ਟੀਕਾਕਰਨ ਜ਼ਰੂਰ ਕਰਵਾਓ। ਜੇਕਰ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੋ ਤਾਂ ਟੀਕਾਕਰਨ ਜ਼ਰੂਰ ਕਰਵਾਓ, ਜ਼ਰੂਰ ਕਰਵਾਓ, ਜ਼ਰੂਰ ਕਰਵਾਓ। ਕਰੋਨਾ ਕਰੋਨਾ ਤੋਂ ਤੁਸੀਂ ਨਾ ਡਰੋ, ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਅਸੀਂ ਵੀ 18 ਸਾਲ ਦੇ ਹਾਂ ਅਤੇ 18 ਸਾਲ ਤੋਂ ਉੱਪਰ ਵਾਲੇ ਉਮਰ ਵਾਲੇ ਵੀ ਟੀਕਾਕਰਨ ਜ਼ਰੂਰ ਕਰਵਾਉਣ, ਅਤੇ ਅਸੀਂ ਵੀ ਕਰਵਾਵਾਂਗੇ।